ਉਧਰ ਫਤਿਹਗੜ੍ਹ ਸਾਹਿਬ ਨੇੜਲੇ ਪਿੰਡ ਦੁਫੇੜਾ ਵਿਖੇ ਵੀ ਅੱਜ ਦੁਪਹਿਰ ਡੇਢ ਵਜੇ ਦੇ ਕਰੀਬ ਅੱਗ ਲੱਗਣ ਦੇ ਨਾਲ ਦੋ ਵੱਖ ਵੱਖ ਕਿਸਾਨਾਂ ਦੀ ਇੱਕ ਏਕੜ ਵਿੱਚੋਂ ਵੱਢੀ ਹੋਈ ਕਣਕ ਦੀ ਫਸਲ, ਤੂੜੀ ਦੇ ਦੋ ਕੁੱਪ ਅਤੇ ਅੱਧਾ ਏਕੜ ਸਰੋਂ ਸੜ ਕੇ ਸਵਾਹ ਹੋ ਗਈ। ਆਲੇ ਦੁਆਲੇ ਦੇ ਕਿਸਾਨਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਦੋ ਗੱਡੀਆਂ ਨੇ ਆ ਕੇ ਅੱਗ ਤੇ ਕਾਬੂ ਪਾਇਆ।